ਖੜਗ ਕਿਹਨੂੰ ਕਹਿੰਦੇ ਹੋ? ਖਾਲਸਾ ਜੀ, ਗਾਤਰੇ ਪਾਈਆਂ ਹੋਈਆਂ ਸਾਰੀਆਂ ਤਲਵਾਰਾਂ ਦਾ ਨਾਮ ਖੜਗ ਹੈ। ਇਹ ਸਾਕਾਰ ਰੂਪ ਖਾਲਸਾ ਜੀ ਆਦਿ ਸ਼ਕਤੀ ਹੈ। ਵਾਹਿਗੁਰੂ ਕਿੱਥੇ ਭ੍ਰਾਂਤੀ ਨਾ ਰੱਖ ਲਿਓ। ਆ ਵੀ ਤ੍ਰਿਭੰਗੀ ਛੰਦ ਸਾਰੇ ਇਹਨਾਂ ਦੇ ਭ੍ਰਾਂਤੀ ਹੈ। ਇਹ ਜੀ ਇਹ ਦੇਵੀ ਕਿੱਧਰੋਂ ਆ ਗਈ ਇੱਥੇ ਖਾਲਸੇ ਦੇ ਕੋਲੇ? ਇਹ ਨਹੀਂ ਪਤਾ ਹੈ ਕਿ ਆਦਿ ਸ਼ਕਤੀ ਦਾ ਇਹ ਆਵਾਹਨ ਹੈ। ਨਾਲ ਹੀ ਨਿਰੰਕਾਰ ਨੇ ਖਾਲਸਾ ਜੀ ਰਾਖਸ਼ ਲੋਕਾਂ ਦੀ ਨਿਵਿਰਤੀ ਅਰਥੇ ਉਹ ਸ਼ਕਤੀ ਨੂੰ ਸੱਚ ਸਮਝੀ ਟੰਡੀ ਨੂੰ ਕਰਕੇ ਪ੍ਰਗਟ ਕੀਤਾ। ਕਵੀ ਲੋਕਾਂ ਨੂੰ ਕਵਿਤਾ ਦਾ ਦਾਨ ਦੇਣ ਵਾਸਤੇ ਸ੍ਰਸ਼ਟੀ ਰੂਪ ਕਰਕੇ ਪ੍ਰਗਟ ਕੀਤਾ ਹੈ। ਵਾਹਿਗੁਰੂ ਦੀ ਸਾਰੀ ਸ਼ਕਤੀ ਜਦੋਂ ਸਤੋਤਰ ਦੇਖੋਗੇ ਤੇ ਦੇਵੀ ਜੀ ਕੀ ਉਸਤ ਉਹਦੇ ਚ ਮੋਕਸ਼ ਦਾਤੀ ਵੀ ਮੰਨੀ ਹੈ। ਲੇਕਿਨ ਗੁਰੂ ਨਾਨਕ ਦੇਵ ਜੀ ਕਥਾ ਚ ਕਹਿੰਦੇ ਆ ਕਿ ਨਹੀਂ ਤੂੰ ਕਹੀਏ ਤੇ ਆਦਿ ਭਵਾਨੀ ਮੁਕਤ ਕੀ ਬਰੀਆ ਕਾ ਛੁਪਾਨੀ। ਲੇਕਿਨ ਇੱਥੇ ਜਿਤਨੇ ਵੀ ਜਾਲਪਾ ਅੰਬਿਕਾ ਆਦਿਕ ਜਿਤਨੇ ਰੂਪ ਨੇ ਇਹ ਅਕਾਲ ਪੁਰਖ ਅੰਤਰਜਾਮੀ ਸ਼ਕਤੀ ਨੇ ਖਾਲਸਾ ਜੀ ਸਾਰਿਆਂ ਰੂਪਾਂ ਚ ਵਰਤ ਕੇ ਸਾਰੇ ਥਾਵਾਂ ਤੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਭੁਗਤਾਈਆਂ। ਸੋ ਉਹੀ ਖਾਲਸਾ ਜੀ ਖਾਲਸੇ ਦੇ ਗਾਤਰੇ ਸਜ ਰਹੀ ਹੈ ਸਾਕਾਰ ਰੂਪ ਹੋ ਕਰਕੇ। ਆ ਦੁਸਹਿਰੇ ਦੇ ਪੁਰਬ ਆਉਣਗੇ, ਇਸੇ ਕਰਕੇ ਖਾਲਸਾ ਸ਼ਸਤਰ ਪੂਜਨ ਕਰਦਾ ਹੈ। ਅੱਜ ਅਸੀਂ ਸੱਚ ਸੰਗੇ ਜੀ ਇਸ ਤੋਂ ਪਿੱਠ ਮੋੜ ਕੇ ਰੱਖਦੀ ਵਾਲੇ ਕਰਮਾਂ ਕਰਕੇ ਤਖਤਾਂ ਦੇ ਉੱਤੇ ਸ਼ਸਤਰ ਸੁਭਾਏ ਮਾਨ ਹਨ। ਅਕਾਲ ਤਖਤ ਤੇ ਗੁਰੂ ਗ੍ਰੰਥ ਸਾਹਿਬ ਨੀਚੇ ਹੈ, ਸ਼ਸਤਰ ਉੱਤੇ ਸੋਭਦੇ ਕਿ ਨਹੀਂ? ਪਰ ਤਖਤ ਕੇਸਗੜ੍ਹ ਜਾ ਕੇ ਦਰਸ਼ਨ ਕਰੋ, ਅੰਦਰ ਉੱਤੇ ਤਖਤ ਤੇ ਸ਼ਸਤਰ ਸੋਭਦੇ ਹੈ ਗੁਰੂ ਗ੍ਰੰਥ ਸਾਹਿਬ ਬਾਹਰ। ਹਜ਼ੂਰ ਸਾਹਿਬ ਸੱਚਖੰਡ ਦੇਖੋ ਜਾ ਕੇ, ਇਹ ਤਖਤਾਂ ਦੇ ਉੱਤੇ ਖਾਲਸਾ ਸ਼ਸਤਰ ਕਿਉਂ ਸੋਭਦੇ ਹੈ? ਆ ਤੁਹਾਡੇ ਬਦਾਬਦੀ ਨੂੰ ਆ ਦੋ ਸਾਲ ਹੋਏ ਮੈਂ ਪੁੱਛਿਆ, ਕਹਿੰਦਾ ਇਹ ਮਨ ਮਰਤਾ, ਕਹਿੰਦਾ ਇਹ ਹਟਾਉਣੀ ਚਾਹੀਦੀ ਹੈ। ਮੈਂ ਕਿਹਾ ਹੁਣ ਤਾਂ ਖਾਲਸੇ ਨੇ ਕਿਸੇ ਨੇ ਨਾ ਹਟਾਈ, ਗੁਰੂ ਗ੍ਰੰਥ ਸਾਹਿਬ ਉੱਚੇ ਥਾਂ ਤਾਂ ਰੱਖੇ। ਮੈਂ ਕਿਹਾ ਤੁਸੀਂ ਇਹ ਕੰਧਾਂ ਨਾ ਟੰਗ ਦਿੱਤੇ ਹੋ ਸ਼ਸਤਰ। ਮੈਂ ਕਿਹਾ ਤੂੰ ਰਿਹਾ ਗੱਲਾਂ ਪਿੰਡਾਂ ਵਾਲਿਆਂ ਨਾਲ, ਮੈਂ ਨਿਰਮਲੇ ਸਾਧੂਆਂ ਦੀ ਸੰਗਤ ਵੀ ਕੀਤੀ ਹਰਿਦੁਆਰ ਪਹੁੰਚੀ ਤੱਕ, ਆ ਨਿਹੰਗ ਸਿੰਘ ਫੌਜਾਂ ਦੀ ਸੰਗਤ ਵੀ ਕੀਤੀ, ਸਾਰੇ ਪੱਖ ਵਿੱਚ ਘੁੰਮ ਕੇ ਦੇਖੋ ਖਾਲਸਾ ਜੀ, ਇੱਕ ਪੱਖੀ ਕਦੇ ਬਚਨ ਨਾ ਕਰੋ। ਇਹ ਸਾਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਤ ਰਹੇ। ਨੰਦ ਲਾਲ ਜੀ ਨੇ ਕੀ ਕਿਹਾ ਸੀ? ਨੂਰ ਹਰ ਦਰ ਜਸ਼ਨ ਗੁਰੂ ਗੋਬਿੰਦ ਸਿੰਘ, ਰੂਹ ਹਰ ਦਰ ਜਸ਼ਨ ਗੁਰੂ ਗੋਬਿੰਦ ਸਿੰਘ। ਖਾਲਸਾ ਜੀ ਜਿੰਨੇ ਲੋਕਾਂ ਦੀਆਂ ਅੱਖਾਂ ਨੇ ਭਾਵੇਂ ਪਸ਼ੂਆਂ ਦੀਆਂ ਕਿਉਂ ਨਹੀਂ, ਜਿੰਨਾ ਪ੍ਰਕਾਸ਼ ਹੈ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦਿੱਤਾ। ਜਿੰਨੀਆਂ ਦੇਹਾਂ ਗੁਥਲੇ ਤੁਰੇ ਫਿਰਦੇ ਹੈ ਸਾਰੀਆਂ ਰੂਹਾਂ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਰੂਹ ਦਿੰਦੀਆਂ ਦਿਸਦੀਆਂ ਹਨ। ਐਡਾ ਵੱਡਾ ਅਨੁਭਵ ਇਹ ਖਾਲਸੇ ਦੇ ਪੱਲੇ ਮਹਾਰਾਜ ਨੇ ਪਾਇਆ ਕਰਤਾ ਜੀ, ਇਹ ਗੁਰਬਾਣੀ ਦੇ ਪ੍ਰਤਾਪ ਦੁਆਰਾ ਹੀ ਪੈਦਾ ਹੋਵੇ। ਸੋ ਇਸ ਕਰਕੇ ਕਦੇ ਵੀ ਇਹ ਵਾਸਤ ਵਿੱਚ ਉਥਾਨਕਾ ਹੈ। ਕਾਂਸੀ ਤੋਂ ਪੰਡਤ ਆਇਆ, ਕਹਿੰਦਾ ਜੇ ਨਿਰੰਕਾਰ ਪਰਮਹਿੰਮ ਦਾ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ, ਮੈਂ ਚੰਡੀ ਦਾ ਪਾਤਸ਼ਾਹ, ਮੈਨੂੰ ਚੰਡੀ ਦਾ ਸਤੋਤਰ ਦੇਣ ਕਿਰਪਾ ਕਰਕੇ ਉਪਦੇਸ਼। ਸਤਿਗੁਰੂ ਜੀ ਨੇ ਸੱਚ ਸਮਝੀ ਉਸ ਵੇਲੇ ਉਚਾਰਨ ਕਰਕੇ ਕਹਿੰਦੇ ਲਓ ਪੰਡਿਤ ਜੀ, ਇਸ ਘਰ ਵਿੱਚ ਦੁਆਇਸ਼ ਨਹੀਂ, ਸਾਰਿਆਂ ਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ। ਜੇ ਦਰਿਆ ਚ ਜਾਂਦੇ ਹੋ ਹਟਕੇ ਨਾਹੀਂ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਇਸੇ ਤਰ੍ਹਾਂ ਤੀਜੇ ਪਾਤਸ਼ਾਹ ਦੇ ਟਾਈਮ ਸਤ ਸੰਗਤ ਜੀ ਬੇਣੀ ਪੰਡਿਤ ਨਹੀਂ ਆਇਆ, ਜੇ ਗੁਰੂ ਸਾਹਿਬ ਮੈਨੂੰ ਕ੍ਰਿਸ਼ਨ ਦੇ ਰੂਪ ਚ ਦਰਸ਼ਨ ਦੇਣ ਤਾਂ ਮੈਂ ਫੇਰ ਬਹੁਤ ਪਰਿਹਾਰ ਜਾਵਾਂਗਾ। ਜਦੋਂ ਗਿਆ ਗੋਬਿੰਦਵਾਲ ਸਾਹਿਬ ਕ੍ਰਿਸ਼ਨ ਦੇ ਰੂਪ ਕਰਕੇ ਮਹਾਰਾਜ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ, ਪਰੰਪਰਾ ਤੋਂ ਕਈ ਮਰਿਆਦਾ ਸੀ ਸਤ ਸੰਗਤ ਜੀ ਪਿੱਛੇ ਹਟ ਗਏ ਉਹਨਾਂ ਤੋਂ। ਵਰਨ ਦੇਵਤਾ ਕੀ ਵਿਗਾੜਿਆ ਸੱਚ ਨੀ, ਦੇਵਤੇ ਦਾ ਦੇਵਤੇ ਨੇ ਰਾਜਤਾ ਨਹੀਂ ਆ। ਵਰਨ ਦੇਵਤਾ ਆ ਕੇ ਪ੍ਰਗਟ ਹੋ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਡਿੱਗ ਪਿਆ, ਕਹਿੰਦਾ ਮਹਾਰਾਜ ਆਪ ਜੀ ਦੇ ਸਿੱਖ ਆਪ ਜੀ ਦੇ ਘਰ ਦਾ ਵਰਤਾਰਾ ਪ੍ਰਸ਼ਾਦ ਸਕਦੇ, ਮੋਕਸ਼ ਨੂੰ ਪ੍ਰਾਪਤ ਹੁੰਦੇ, ਮੈਂ ਉਹੀ ਹਾਂ ਮਹਾਰਾਜ ਜਿਹਨੂੰ ਸੱਚਖੰਡ ਤੋਂ ਭਗਵਾਨ ਨੇ ਸੁਨੇਹਾ ਦਿੱਤਾ ਸੀ ਕਿ ਗੁਰੂ ਨਾਨਕ ਦੇਵ ਜੀ ਨੂੰ ਬੁਲਾ ਕੇ ਲਿਆ, ਮੈਂ ਉਹੀ ਹਾਂ। ਕਿਰਪਾ ਕਰੋ ਮਹਾਰਾਜ, ਮੈਨੂੰ ਨੀ ਵਰਤਾਰਾ ਚਾਹੀਦਾ, ਮੈਂ ਤੁਹਾਡੇ ਘਰ ਦਾ ਜਾਚਕ ਹਾਂ, ਕਿਰਪਾ ਕਰੇ ਮੈਨੂੰ ਵੀ ਪ੍ਰਸ਼ਾਦ ਮਿਲਣਾ ਚਾਹੀਦਾ। ਸਤ ਸੰਗਤ ਜੀ ਉਸ ਦਿਨ ਤੋਂ ਗੁਰੂ ਕੇ ਸਿੱਖਾਂ ਨੇ ਜਿਸ ਵੇਲੇ ਪੰਜ ਪਿਆਰਿਆਂ ਨੂੰ ਪ੍ਰਸ਼ਾਦ ਦੇ ਦਈਏ
उस तो बाद जो बरसा शुरू करी एक सियाने सिख नू छांदा देई लै भाई गुरदरियाओ सदा जल निर्मल मिलिया दुरमत मैल हरे पंक्ति पढ़ के किनका जल विच प्रवाह कर दी दूजा छक दी आपदा छांदा जे तू बहुती इच्छा आप होर भी दे आपदा अज ए जी वर्ण देवता हिंदुआ ने पूजा साडे विच वाड़ती असि नहीं वर्ण देवते नू मनदे खर सहजे वर्ण देवता थोड़े घर मंगता जाच बन के आवे की उस नू गाला कढ़ोगे जो शरण आए तो कंठ लाए ए बिरद स्वामी संदा ए मर्यादा खालसा जी असि एह जे साडे प्रचार ने प्रचार कथा तां भाई अमृत दीआं कुट्टां ने खालसा जी एक दूजे दे धर्मां दी निंदिया पुजिया करी जानी प्रचार करी जाना ए कोई कथा दा नाम नहीं सो रब चार इस करके फर्क जरूर है जेड़े हिंदवासी लोग ने ओ चंडी दी मूर्ति करके ओदा पूजन करदे ने अद सहरे कलकत्ते वल जाओ मूर्ति बना के बड़ी भारी उपासना करके जल प्रवाह करदे है लेकिन खालसा मूर्ति दा पूजन नहीं करदा है खालसा शस्त्र रूप करके पूजन करदा है दशहरे दे दस दिन आउणगे तकरीबन 64 पत्रे ना दसम विचों रोज सत्संगी पाठ होवेगा दशहरे आले दिन उस वेले शस्त्रां नूं तिलक दित्ता जांदा है हमेशा वास्ते जिहड़ी मर्यादा प्रार्थना चली आ रही है ओनू सत्संग असीं पिट दिंदे तुरे जा रहे हां दूसरे पासे नूं सत्संग जी बयान करके लोकां नूं नफरत पैदा करी जांदे इस करके खालसा जी प्रार्थना सिंह आली मर्यादा कदे ना त्यागो जे अपना भरा लोचना है की पता किन्ना तेरा अपनी जिंदगी है की खटांगे खालसा जी बाद बाद विच पै के बेनतियां करो खालसा किसे दा विरोधी नहीं फुट दे तां असीं पट्टे पए जेड़ा कोई विरोधी बड़ा बड़ा कोई सियाणा है ओदे बुरे हाथ जोड़ दे खालसा जी क्यों खालसे च कुआड़ा पाउणे आ गुरु की संगत च फुट पा देण वर्गा पाप कोई नहीं ए खालसे नूं इकट्ठा कर देना कोला कुन कोई नहीं इस करके भावे हर द्वार तक धांकां पाईआं पईआं गुरु नानक देव जी दी सतसंग जी थों थों महिमा हो रही है जे करके निर्मले साधु हन उदासी साधु ने ओह साडे घर दे हन निहंग सिंह हन तां साडे घर दे हन गृहस्थियां दीआं प्रणालियां ने सारे भाई आपां इको ही एक हां जिन्ना चिर अपने अंदर वितकरा नहीं निकलेगा किसे नूं असीं किसे नूं की छाती ना लावांगे नहीं तां जिन्ने सन्यासी लोक ने जिन्ने बरागी साधु लोग ने सारे वर्ताव है जेड़ा